ਬੜੇ ਚੁੱਪ ਕਰ ਬੈਗ ਬੂਗ ਗੁੱਡਾ ਗੁੱਡਾ ਪਾਈਆਂ ਸਾਰਾ ਕੁਛ ਪਾਇਆ ਯਾਰ ਆ ਲੁਟੇਰਿਆਂ ਦੇ ਨਾਲ ਅੱਜ ਜਿੰਨੀ ਮਾੜੀ ਹੋਈ ਓਨੀ ਸ਼ਾਇਦ ਪਹਿਲਾਂ ਕਦੇ ਨਾ ਹੋਈ ਹੋਵੇ। ਇਹਨਾਂ ਤਸਵੀਰਾਂ ਨੂੰ ਜ਼ਰਾ ਗੌਰ ਨਾਲ ਦੇਖੋ। ਲੁੱਟ ਦੀ ਨੀਅਤ ਨਾਲ ਲੁਟੇਰੇ ਦੁਕਾਨ ਦੇ ਵਿੱਚ ਦਾਖਲ ਹੋਏ, ਦੁਕਾਨਦਾਰ ਤੇ ਪਿਸਤੌਲ ਤਾਣ ਲਿਆ, ਅੱਗਿਓਂ ਦੁਕਾਨਦਾਰ ਵੀ ਅੱਥਰਾ ਨਿਕਲਿਆ, ਜਿਸ ਨੇ ਬੜੀ ਦਲੇਰੀ ਦੇ ਨਾਲ ਇਹਨਾਂ ਦੋਵੇਂ ਲੁਟੇਰਿਆਂ ਦਾ ਸਾਹਮਣਾ ਕੀਤਾ। ਹਾਲਾਂਕਿ ਲੁਟੇਰਿਆਂ ਦੇ ਵੱਲੋਂ ਇਸ ਨੂੰ ਅਗਵਾ ਕਰਨ ਦੀ, ਇਸ ਨੂੰ ਫੜ ਕੇ ਰੱਖਣ ਦੀ ਕੋਸ਼ਿਸ਼ ਕੀਤੀ, ਪਰ ਦੁਕਾਨਦਾਰ ਦੀ ਬਹਾਦਰੀ ਦੇ ਨਾਲ ਇਹਨਾਂ ਲੁਟੇਰਿਆਂ ਨੂੰ ਭਾਜੜਾ ਪੈ ਗਈਆਂ। ਇੱਕਦਮ ਉਸਨੇ ਰੌਲਾ ਪਾ ਦਿੱਤਾ ਔਰ ਇਹਨਾਂ ਦੋਵਾਂ ਲੁਟੇਰਿਆਂ ਦਾ ਡਟ ਕੇ ਸਾਹਮਣਾ ਕੀਤਾ। ਫਿਰ ਲੁਟੇਰੇ ਇੱਕਦਮ ਦੁਕਾਨ ਦੇ ਵਿੱਚੋਂ ਬਾਹਰ ਨਿਕਲੇ ਤੇ ਭੱਜ ਗਏ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਵੈਸਟਰਨ ਯੂਨੀਅਨ ਦੇ ਵਿੱਚ ਇਹ ਦੋ ਲੁਟੇਰੇ ਲੁੱਟ ਦੀ ਨੀਅਤ ਨਾਲ ਵੜੇ ਸੀ, ਦੁਕਾਨਦਾਰ ਤੇ ਪਿਸਤੌਲ ਤਾਣੀ, ਅੱਗਿਓਂ ਦੁਕਾਨਦਾਰ ਨੇ ਵੀ ਸਿਰਾ ਲਗਾ ਦਿੱਤਾ। ਇਹਨਾਂ ਦੋਵਾਂ ਦਾ ਡਟ ਕੇ ਸਾਹਮਣਾ ਕੀਤਾ ਔਰ ਇਹਨਾਂ ਨੂੰ ਪੁੱਠੇ ਪੈਰੀ ਭਜਾ ਦਿੱਤਾ। ਗੜ੍ਹ ਸ਼ੰਕਰ ਦੇ ਕਸਬਾ ਸੈਲਾ ਖੁਰਦ ਦੀ ਇਹ ਵੀਡੀਓ ਹੈ। ਚਿੱਟੇ ਦਿਨ ਲੁੱਟ ਦੀ ਨੀਅਤ ਨਾਲ ਇਹ ਲੁਟੇਰੇ ਇੱਥੇ ਆਏ ਸੀ ਪਰ ਬੇਰੰਗ ਵਾਪਸ ਪਰਤੇ ਨੇ, ਕਿਉਂਕਿ ਦੁਕਾਨਦਾਰ ਨੇ ਬੜੀ ਦਲੇਰੀ ਦੇ ਨਾਲ ਇਹਨਾਂ ਦਾ ਸਾਹਮਣਾ ਕੀਤਾ ਔਰ ਇਹਨਾਂ ਨੂੰ ਪੈਸੇ ਕੈਸ਼ ਦੇਣ ਦੀ ਥਾਂ ਇਹਨਾਂ ਦੇ ਨਾਲ ਹੱਥੋਂ ਪਾਈ ਕੀਤੀ ਔਰ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬ ਨਾ ਹੁੰਦੇ ਦੇਖ ਇਹ ਲੁਟੇਰੇ ਮੌਕੇ ਤੋਂ ਇੱਥੋਂ ਫਰਾਰ ਹੋ ਗਏ ਔਰ ਇਹਨਾਂ ਦਾ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ। ਬੈਗ ਬੂਗ ਗੁੱਡਾ ਗੁੱਡਾ ਪਾਈਆਂ ਸਾਰਾ ਕੁਛ ਪਾਇਆ ਯਾਰ ਆ ਲੁਟੇਰਿਆਂ ਦੇ ਨਾਲ ਅੱਜ ਜਿੰਨੀ ਮਾੜੀ ਹੋਈ ਓਨੀ ਸ਼ਾਇਦ ਪਹਿਲਾਂ ਕਦੇ ਨਾ ਹੋਈ ਹੋਵੇ। ਇਹਨਾਂ ਤਸਵੀਰਾਂ ਨੂੰ ਜ਼ਰਾ ਗੌਰ ਨਾਲ ਦੇਖੋ। ਲੁੱਟ ਦੀ ਨੀਅਤ ਨਾਲ ਲੁਟੇਰੇ ਦੁਕਾਨ ਦੇ ਵਿੱਚ ਦਾਖਲ ਹੋਏ, ਦੁਕਾਨਦਾਰ ਤੇ ਪਿਸਤੌਲ ਤਾਣ ਲਿਆ, ਅੱਗਿਓਂ ਦੁਕਾਨਦਾਰ ਵੀ ਅੱਥਰਾ ਨਿਕਲਿਆ, ਜਿਸ ਨੇ ਬੜੀ ਦਲੇਰੀ ਦੇ ਨਾਲ ਇਹਨਾਂ ਦੋਵੇਂ ਲੁਟੇਰਿਆਂ ਦਾ ਸਾਹਮਣਾ ਕੀਤਾ। ਹਾਲਾਂਕਿ ਲੁਟੇਰਿਆਂ ਦੇ ਵੱਲੋਂ ਇਸ ਨੂੰ ਅਗਵਾ ਕਰਨ ਦੀ, ਇਸ ਨੂੰ ਫੜ ਕੇ ਰੱਖਣ ਦੀ ਕੋਸ਼ਿਸ਼ ਕੀਤੀ, ਪਰ ਦੁਕਾਨਦਾਰ ਦੀ ਬਹਾਦਰੀ ਦੇ ਨਾਲ ਇਹਨਾਂ ਲੁਟੇਰਿਆਂ ਨੂੰ ਭਾਜੜਾ ਪੈ ਗਈਆਂ। ਇੱਕਦਮ ਉਸਨੇ ਰੌਲਾ ਪਾ ਦਿੱਤਾ ਔਰ ਇਹਨਾਂ ਦੋਵਾਂ ਲੁਟੇਰਿਆਂ ਦਾ ਡਟ ਕੇ ਸਾਹਮਣਾ ਕੀਤਾ। ਫਿਰ ਲੁਟੇਰੇ ਇੱਕਦਮ ਦੁਕਾਨ ਦੇ ਵਿੱਚੋਂ ਬਾਹਰ ਨਿਕਲੇ ਤੇ ਭੱਜ ਗਏ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਵੈਸਟਰਨ ਯੂਨੀਅਨ ਦੇ ਵਿੱਚ ਇਹ ਦੋ ਲੁਟੇਰੇ ਲੁੱਟ ਦੀ ਨੀਅਤ ਨਾਲ ਵੜੇ ਸੀ, ਦੁਕਾਨਦਾਰ ਤੇ ਪਿਸਤੌਲ ਤਾਣੀ, ਅੱਗਿਓਂ ਦੁਕਾਨਦਾਰ ਨੇ ਵੀ ਸਿਰਾ ਲਗਾ ਦਿੱਤਾ। ਇਹਨਾਂ ਦੋਵਾਂ ਦਾ ਡਟ ਕੇ ਸਾਹਮਣਾ ਕੀਤਾ ਔਰ ਇਹਨਾਂ ਨੂੰ ਪੁੱਠੇ ਪੈਰੀ ਭਜਾ ਦਿੱਤਾ। ਗੜ੍ਹ ਸ਼ੰਕਰ ਦੇ ਕਸਬਾ ਸੈਲਾ ਖੁਰਦ ਦੀ ਇਹ ਵੀਡੀਓ ਹੈ। ਚਿੱਟੇ ਦਿਨ ਲੁੱਟ ਦੀ ਨੀਅਤ ਨਾਲ ਇਹ ਲੁਟੇਰੇ ਇੱਥੇ ਆਏ ਸੀ ਪਰ ਬੇਰੰਗ ਵਾਪਸ ਪਰਤੇ ਨੇ, ਕਿਉਂਕਿ ਦੁਕਾਨਦਾਰ ਨੇ ਬੜੀ ਦਲੇਰੀ ਦੇ ਨਾਲ ਇਹਨਾਂ ਦਾ ਸਾਹਮਣਾ ਕੀਤਾ ਔਰ ਇਹਨਾਂ ਨੂੰ ਪੈਸੇ ਕੈਸ਼ ਦੇਣ ਦੀ ਥਾਂ ਇਹਨਾਂ ਦੇ ਨਾਲ ਹੱਥੋਂ ਪਾਈ ਕੀਤੀ ਔਰ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬ ਨਾ ਹੁੰਦੇ ਦੇਖ ਇਹ ਲੁਟੇਰੇ ਮੌਕੇ ਤੋਂ ਇੱਥੋਂ ਫਰਾਰ ਹੋ ਗਏ ਔਰ ਇਹਨਾਂ ਦਾ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ।